ਹੋਗੀ ਕੀ ਗੱਲ ਕਿਉਂ ਮਰਦਾ ਮੈਂ ਕੱਲ ਦੀ ਰਾਤ ਅੱਛਾ ਸਾਡੀ ਦੁਕਾਨ ਦੀ ਛੱਤ ਪਾੜੀ ਹੈ ਕਿਹੜੀ ਦੁਕਾਨ ਤੇਰੀ ਸਾਡੀ ਉਹ ਪ੍ਰੀਤ ਡੀਜੇ ਕੌਮ ਅੱਛਾ ਮੰਡੀ ਲਾ ਦੁਕਾਨ ਕੀ ਕੀਤਾ ਸੀ ਇਹਨੇ ਰਾਤ ਚੋਰੀ ਕੀਤੀ ਹੈ ਕਾਹਦੀ ਚੋਰੀ ਕੀਤੀ ਹੈ ਚੋਰੀ ਕੀ ਚੁੱਕ ਲੈ ਚੋਰੀ ਕੀਤੀ ਹੈ ਮੈਮਰੀ ਕਾਰਡ ਗੱਲੇ 'ਚ ਚੋਰੀ ਕੀਤੀ ਹੈ ਕੀ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਨੌਜਵਾਨ ਇਸ ਲੜਕੇ ਨੂੰ ਥੱਲੇ ਸੁੱਟ ਕੇ ਕਿਉਂ ਮਾਰ ਕੁਟਾਈ ਕਰ ਰਿਹਾ ਦਰਅਸਲ ਮਾਮਲਾ ਇਹ ਹੈ ਇਹ ਹਨ ਮੰਡੀ ਲਾਦੂ ਕਾ ਦੇ ਕਰਾਟੇ ਕੋਚ ਤਾਰਾ ਸਿੰਘ ਜਿਨ੍ਹਾਂ ਦੇ ਬ੍ਰਦਰ ਦੀ ਡੀਜੇ ਅਤੇ ਟੈਲੀਕਾਮ ਦੀ ਦੁਕਾਨ ਹੈ ਜਿਸ ਨੂੰ ਇਸ ਚੋਰ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ ਜਿਸ ਦੁਕਾਨ ਦੀ ਛੱਤ ਪੁੱਟ ਕੇ ਇਸ ਚੋਰ ਵੱਲੋਂ ਉਸ ਦੇ ਵਿੱਚੋਂ ਮੋਬਾਈਲ ਅਸੈਸਰੀ ਅਤੇ ਕੁਝ ਨਕਦੀ ਵੀ ਚੋਰੀ ਕਰ ਲਈ ਸੀ ਜਿਸ ਤੋਂ ਬਾਅਦ ਇਹਨਾਂ ਵੱਲੋਂ ਇਸ ਚੋਰ ਦੀ ਪੈੜ ਨੱਪੀ ਗਈ ਔਰ ਇਸ ਦਾ ਧਿਆਨ ਰੱਖਿਆ ਗਿਆ ਆਖਰ ਇਹ ਚੋਰ ਕੁਝ ਦਿਨਾਂ ਬਾਅਦ ਹੀ ਮੰਡੀ ਲਾਦੂਕਾ ਸਟੇਸ਼ਨ ਦੇ ਨੇੜੇ ਕਾਬੂ ਆ ਗਿਆ ਜਿਸ ਤੋਂ ਬਾਅਦ ਤਾਰਾ ਸਿੰਘ ਕਰਾਟੇ ਕੋਚ ਨੇ ਬੜੀ ਹਿੰਮਤ ਅਤੇ ਦਲੇਰੀ ਦਿਖਾਉਂਦੇ ਹੋਏ ਇਸ ਚੋਰ ਨੂੰ ਕਾਬੂ ਕਰ ਲਿਆ ਇਸ ਵੀਡੀਓ ਦੀ ਪੁਸ਼ਟੀ ਤਾਰਾ ਸਿੰਘ ਵੱਲੋਂ ਸਾਡੇ ਨਾਲ ਫੋਨ 'ਤੇ ਗੱਲਬਾਤ ਕਰਦਿਆਂ ਕੀਤੀ ਕਿ ਉਹਨਾਂ ਵੱਲੋਂ ਇਸ ਚੋਰ ਨੂੰ ਭੱਜਣ ਦਾ ਵੀ ਮੌਕਾ ਦਿੱਤਾ ਉਹਨਾਂ ਕਿਹਾ ਕਿ ਚੋਰ ਨੂੰ ਤੂੰ ਭੱਜ ਸਕਦਾ ਹੈ ਤਾਂ ਭੱਜ ਲੈ ਪਰ ਤਾਰਾ ਸਿੰਘ ਕਰਾਟੇ ਕੋਚ ਐਡੀ ਵੱਡੀ ਕਲਾ ਦੇ ਮਾਲਕ ਹਨ ਉਹਨਾਂ ਨੇ ਆਪਣੀ ਕਲਾ ਦੇ ਜ਼ੋਰ ਦਿਖਾਉਂਦੇ ਹੋਏ ਇਸ ਚੋਰ ਨੂੰ ਕੁਝ ਹੀ ਮਿੰਟਾਂ ਦੇ ਵਿੱਚ ਕਾਬੂ ਕਰ ਲਿਆ ਔਰ ਉਸ ਦੀ ਜੰਮ ਕੇ ਛਿੱਤਰ ਪਰੇਡ ਕੀਤੀ ਇਲਾਕੇ ਵਿੱਚ ਵੱਧ ਰਹੀਆਂ ਚੋਰੀਆਂ ਨੂੰ ਦੇਖਦੇ ਹੋਏ ਤਾਰਾ ਸਿੰਘ ਕਰਾਟੇ ਕੋਚ ਨੇ ਇਲਾਕਾ ਵਾਸੀਆਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ